ਮੈਨੂੰ ਹਰਨੀਆ ਦੀ ਪ੍ਰੋਬਲਮ ਸੀ ਫਿਰ ਮੇਰੀ ਬੇਟੀ ਦੇ ਨੂਨ ਦੇ ਵਿੱਚ ਸੀ ਉਹਨਾਂ ਨੇ ਕਿਹਾ ਕਿ ਇੱਕ ਵਾਰ ਤੁਸੀਂ ਚੈੱਕ ਕਰਵਾਓ ਸਟਾਰ ਹਸਪੀਟਲ ਵਿੱਚ ਅਤੇ ਉਸ ਤੋਂ ਬਾਅਦ ਮੈਂ ਫਿਰ ਆਪਣਾ ਸਲਾਬ ਬਣਾ ਕੇ ਇੱਥੇ ਅਪਡੇਟ ਕਰਵਾਇਆ ਮੈਂ ਬਿਲਕੁਲ ਠੀਕ ਹੋ ਗਈ ਹਾਂਜੀ ਮੇਰਾ ਨਾਮ ਸੋਨੀ ਹੈ ਮੈਂ ਭਗਤ ਸਿੰਘ ਚੌਂਕ ਤੋਂ ਰਹਿਣ ਵਾਲੀ ਹਾਂ ਮੈਨੂੰ ਹਰਨੀਆ ਦੀ ਪ੍ਰੋਬਲਮ ਸੀ ਮੈਂ ਕਈ ਜਗ੍ਹਾ 'ਤੇ ਆਪਣਾ ਇਲਾਜ ਵੀ ਕਰਾਇਆ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਮੇਰੀ ਬੇਟੀ ਦੇ ਨੂਨ ਦੇ ਵਿੱਚ ਸੀ ਉਹਨਾਂ ਨੇ ਕਿਹਾ ਕਿ ਇੱਕ ਵਾਰ ਤੁਸੀਂ ਚੈੱਕ ਕਰਵਾਓ ਸਟਾਰ ਹੋਸਪਿਟਲ ਵਿੱਚ ਅਤੇ ਫਿਰ ਮੈਂ ਬੇਟੀ ਦੇ ਕਹਿਣ 'ਤੇ ਸਟਾਰ ਹੋਸਪਿਟਲ ਵਿੱਚ ਆਈ ਆ ਕੇ ਮੇਰੇ ਇੱਥੇ ਟੈਸਟ ਹੋਏ ਅਤੇ ਡਾਕਟਰ ਸਾਹਿਬ ਨੇ ਮੈਨੂੰ ਅਪਡੇਟ ਦੱਸਿਆ ਅਤੇ ਉਸ ਤੋਂ ਬਾਅਦ ਮੈਂ ਫਿਰ ਆਪਣਾ ਸਲਾਬ ਬਣਾ ਕੇ ਇੱਥੇ ਅਪਡੇਟ ਕਰਵਾਇਆ ਮੇਰਾ ਦੂਰਬੀਨ ਦਾ ਅਪਡੇਟ ਹੋਇਆ ਮੈਂ ਬਿਲਕੁਲ ਠੀਕ ਹੋ ਗਈ ਉਸ ਤੋਂ ਬਾਅਦ ਲੇਕਿਨ ਇਸ ਸਟਾਰ ਹੋਸਪਿਟਲ ਦੇ ਵਿੱਚ ਡਾਕਟਰ ਜਸਮੀਤ ਸਿੰਘ ਵਾਲੀਆ ਬਹੁਤ ਹੀ ਬੈਸਟ ਡਾਕਟਰ ਹੈ ਉਹਨਾਂ ਦਾ ਸਟਾਫ ਉਸ ਤੋਂ ਸਭ ਤੋਂ ਬੈਸਟ ਹੈ ਜਿਸ ਕਿਸੇ ਨੂੰ ਵੀ ਪ੍ਰੋਬਲਮ ਹੋਏ ਇਸ ਸਟਾਰ ਹੋਸਪਿਟਲ ਦੇ ਵਿੱਚ ਡਾਕਟਰ ਜਸਮੀਤ ਅਲੀ ਸਿੰਘ ਵਾਲੀਆ ਨੂੰ ਜ਼ਰੂਰ ਮਿਲੋ ਮੇਰਾ ਆਪਰੇਸ਼ਨ ਦੂਰਬੀਨ ਦੇ ਨਾਲ ਹੋਇਆ ਛੋਟੇ ਛੋਟੇ ਕੱਟ ਲੱਗੇ ਸੀ ਘੁਲਣ ਵਾਲੇ ਕੱਟ ਲੱਗੇ ਸੀ ਕੋਈ ਘਲਾਉਣ ਦੀ ਲੋੜ ਨਹੀਂ ਪਈ ਮੇਰੇ ਮਦਰ ਇਨ ਲਾਅ ਨੂੰ ਵੀ ਇਹ ਪ੍ਰੋਬਲਮ ਹੋ ਗਈ ਸੀ ਉਹਨਾਂ ਨੂੰ ਵੀ ਹਰਨੀਆ ਦੀ ਪ੍ਰੋਬਲਮ ਆਈ ਅਤੇ ਡਾਕਟਰ ਸਿੰਘ ਨੇ ਆਪਰੇਸ਼ਨ ਦੱਸਿਆ ਉਹਨਾਂ ਦਾ ਆਪਰੇਸ਼ਨ ਅੱਛਾ ਹੋ ਗਿਆ ਇਸ ਕਰਕੇ ਜਿਸ ਨੂੰ ਵੀ ਜ਼ਰੂਰਤ ਹੈ ਡਾਕਟਰ ਸਿੰਘ ਬਹੁਤ ਵਧੀਆ ਅਪਡੇਟ ਕਰਦੇ ਨੇ ਤੁਸੀਂ ਇੱਕ ਵਾਰ ਜਿਸ ਕਿਸੇ ਨੂੰ ਪ੍ਰੋਬਲਮ ਹੈਗੀ ਸਟਾਰ ਹੋਸਪਿਟਲ ਜ਼ਰੂਰ ਦਿਖਾਓ